ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਚੈਨਲ 'ਤੇ ਸਵਾਗਤ ਹੈ ਜੀ। ਅਤੇ ਜਿਸ ਤਰ੍ਹਾਂ ਕਿ ਆਪ ਸਭ ਨੇ ਪਹਿਲਾਂ ਵੀਡੀਓ ਦੇਖੀਆਂ ਨੇ, ਅਤੇ ਆਪ ਸਭ ਦੀ ਡਿਮਾਂਡ 'ਤੇ ਅੱਜ ਜਿਸ ਤਰ੍ਹਾਂ ਕਿ ਇਹ ਜੋ ਆਪਾਂ ਵੀਡੀਓ ਅੱਜ ਲੈ ਕੇ ਆਏ ਹਾਂ ਜੀ, ਪੇਚਾਂ ਵਿੱਚੋਂ ਪੇਚਾਂ ਵਾਲੀ ਦਸਤਾਰ ਦੀ ਵੀਡੀਓ ਲੈ ਕੇ ਆਏ ਹਾਂ। ਪਹਿਲਾਂ ਵੀ ਇਹਦੀ ਹੈ ਨਾ ਜੋ ਵੀਡੀਓ ਅਪਲੋਡ ਕੀਤੀ ਗਈ ਸੀ, ਪਰ ਉਹਦੇ ਵਿੱਚ ਐਂ ਸੀ ਉਹ ਇਕੱਲੇ ਪੇਚਾਂ 'ਚੋਂ ਪੇਚ ਕਿੱਦਾਂ ਪਾਉਣੇ ਆ, ਉਹ ਵੀਡੀਓ ਸਿਰਫ ਉਹਦੇ 'ਚ ਉਹੀ ਪਾਰਟ ਦੱਸਿਆ ਗਿਆ ਸੀ। ਅਤੇ ਅੱਜ ਜੋ ਆਪਾਂ ਵੀਡੀਓ ਲੈ ਕੇ ਆਏ ਜੀ, ਸਟਾਰਟਿੰਗ ਤੋਂ ਲੈ ਕੇ ਐਂਡ ਤੱਕ, ਇੱਕ ਲੜ ਤੋਂ ਇੱਕ ਦੇ ਚਾਰ ਲੜ ਬਣਾ ਕੇ 20 ਲੜਾਂ ਵਾਲੀ ਪੱਗ ਕਿੱਦਾਂ ਬਣਾਉਣੀ ਆ, 20 ਲੜ ਕਿੱਦਾਂ ਬਣਾਉਣੇ ਆ, ਉਹਦੀ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ। ਇਹ ਸਭ ਤੋਂ ਪਹਿਲਾਂ ਜਿੰਨੇ ਆਪਾਂ 5 ਜਾਂ 6 ਲੜਾਂ ਵਾਲੀ ਪੱਗ ਬੰਨਦੇ ਹਾਂ, ਇੱਕ ਤੋਂ ਚਾਰ ਚਾਰ ਪੇਚ ਲਾ ਕੇ ਪੱਗ ਕੰਪਲੀਟ ਕਰ ਲੈਣੀ। ਉਸ ਤੋਂ ਬਾਅਦ ਪੇਚਾਂ 'ਚੋਂ ਪੇਚ ਉਹ ਬਾਅਦ ਦੇ ਵਿੱਚੋਂ ਡਿਜ਼ਾਇਨ ਕਰਨਾ। ਉਹਦੇ ਲਈ ਸਭ ਤੋਂ ਪਹਿਲਾਂ ਜੋ ਆਪਾਂ ਥੱਲੇ ਡਿਟੇਲ ਦੇ ਵਿੱਚ ਦੱਸ ਦਈਏ, ਜੋ ਆਪਾਂ ਬੇਸ ਬੰਨੇ ਹਾਂ ਜੀ, ਬੇਸ ਦੀ ਵੀਡੀਓ ਪਾਈ ਹੋਈ ਹੈ ਚੈਨਲ ਦੇ ਵਿੱਚ, ਤੁਸੀਂ ਚੈੱਕ ਕਰ ਸਕਦੇ ਹੋ। ਉਹਦੇ ਵਿੱਚ ਤੀਸਰਾ ਜੋ ਪਾਰਟ ਹੈ ਬੇਸ ਦਾ, ਸਾਈਡ 'ਤੇ ਜੂੜਾ ਕਰਕੇ ਉਹ ਬੇਸ ਆਪਾਂ ਜੋ ਇਹ ਵੀਡੀਓ ਦੇ ਵਿੱਚ ਵਰਤਿਆ ਗਿਆ ਜੀ। ਸਾਈਡ 'ਤੇ ਜੂੜਾ ਕਰਨ ਨਾਲ ਇੱਦਾਂ ਹੁੰਦਾ, ਜੇ ਜਿਹੜੀ ਆਪਣੀ ਪੱਗ ਦੀ ਸ਼ੇਪ ਆ, ਸਾਈਡ ਤੋਂ ਜੋ ਆਪਾਂ ਬਾਹਰ ਨੂੰ ਕਰਨੀ ਆ, ਗਲਾਈ ਦੇ ਵਿੱਚ ਆ ਜਾਂਦੀ ਆ। ਅਤੇ ਪੱਗ ਜੋ ਕੱਪੜਾ ਵਰਤਿਆ ਗਿਆ, ਰੂਬੀਆ ਦੇ ਵਿੱਚ ਕੱਪੜਾ ਵਰਤਿਆ ਗਿਆ। ਅਤੇ ਕੁਝ ਵੀਰ ਫੁੱਲ ਵੈਲ ਬੰਨਦੇ ਆ, ਅਤੇ ਉਹਨਾਂ ਨੂੰ ਦੱਸ ਦਈਏ ਜੀ, ਰੂਬੀਆ ਕੱਪੜਾ ਤਾਂ ਬੰਨਿਆ ਗਿਆ, ਕੱਪੜਾ ਥੋੜ੍ਹਾ ਹੈਵੀ ਹੁੰਦਾ, ਇੱਕ ਤੋਂ ਜਦੋਂ 4 ਪਿੱਚ ਕੱਢਦੇ ਹਾਂ ਫੁੱਲ ਵੈਲ ਦੇ ਵਿੱਚ ਉਹ ਨਹੀਂ ਸਹੀ ਆਉਂਦਾ, ਤਾਂ ਕਰਕੇ ਰੂਬੀਆ ਈਜ਼ੀਲੀ ਸੈੱਟ ਆ ਜਾਂਦਾ। ਅਤੇ ਜੋ ਪੂਣੀ ਕੀਤੀ ਆ, ਬਿਲਕੁਲ ਸਿੰਪਲ ਤਰੀਕੇ ਨਾਲ ਪੂਣੀ ਕਰ ਲੈਣੀ ਆ ਜੀ। ਉਸ ਤੋਂ ਬਾਅਦ ਬਸ ਇੰਨਾ ਖਿਆਲ ਰੱਖਣਾ, ਜੋ ਪੂੜੀਆਂ ਘੱਟੋ ਘੱਟ ਇੱਕ ਗਿੱਠ ਉਹਦੀ ਚੜਾਈ ਹੋਣੀ ਚਾਹੀਦੀ ਆ, ਤਾਂ ਜੋ ਜਦੋਂ ਆਪਾਂ ਪੂਣੀ 'ਚੋਂ ਇੱਕ ਤੋਂ ਚਾਰ ਲੜ ਬਣਾਈਏ, ਅਤੇ ਆਪਣੀ ਜੋ ਪੂਣੀ ਆ ਉਹਦੇ ਚਾਰ ਲੜ ਬਣਨ ਜੋਗੀ ਉਹਦੇ ਵਿੱਚ ਗੈਪ ਹੋਣਾ ਚਾਹੀਦਾ, ਜਿਸ ਤਰ੍ਹਾਂ ਕਿ ਆਪ ਵੀਡੀਓ 'ਚ ਦੇਖ ਰਹੇ ਹੋ। ਪਹਿਲਾ ਜੋ ਆਪਣਾ ਪੇਚ ਆ ਉਹਦੇ ਆਪਾਂ ਇੱਕ ਤੋਂ ਚਾਰ ਲੜ ਬਣਾ ਲੈਣੇ ਨੇ। ਉਸ ਤੋਂ ਬਾਅਦ ਨਾਲ ਦੀ ਨਾਲ ਉਹਨੂੰ ਕੀ ਆ, ਆਵਾਜ਼ ਦੀ ਮਦਦ ਦੇ ਨਾਲ ਉਹਨਾਂ ਦਾ ਜੋ ਪੇਚਾਂ ਦੇ ਵਿੱਚ ਡਿਫਰੈਂਸ ਆ, ਫਾਸਲਾ, ਉਹ ਇੱਕੋ ਜਿਹਾ ਕਰ ਦੇਣਾ। ਅਤੇ ਪੇਚਾਂ ਦੀ ਮੋਟਾਈ ਅਤੇ ਸਫਾਈ ਚੰਗੀ ਤਰ੍ਹਾਂ ਕਰਕੇ ਪਹਿਲਾ ਲੜ ਅੱਧੀ ਅੱਖ 'ਤੇ ਅੱਧੀ ਗੱਲ ਢੱਕ ਕੇ ਲਗਾ ਦੇਣਾ ਹੈ। ਇਹ ਜੋ ਪੱਗ ਆ ਇਹਨੂੰ ਬੰਨਣ ਦੇ ਲਈ ਥੋੜ੍ਹਾ ਟਾਈਮ ਜ਼ਿਆਦਾ ਲੱਗ ਜਾਂਦਾ, ਅਤੇ ਜੋ ਦੂਸਰਾ ਲੜ ਲਾਉਣਾ ਸਿਰ 'ਤੇ ਬਿਲਕੁਲ ਆਪਾਂ ਉੱਪਰ ਲੈ ਜਾਣਾ, ਪੂਣੀ ਨੂੰ ਚੜਾਈ ਦੇ ਵਿੱਚ ਪਕੜ ਕੇ ਉਸ ਤੋਂ ਬਾਅਦ ਇੱਕ ਤੋਂ ਚਾਰ ਲੜ ਬਣਾਉਣੇ ਨੇ। ਸਭ ਤੋਂ ਪਹਿਲਾਂ ਉੱਪਰੋਂ ਇੱਕ ਲੜ ਫੜ ਲੈਣਾ, ਫਿਰ ਦੂਸਰਾ, ਫਿਰ ਉਸ ਤੋਂ ਬਾਅਦ ਤੀਸਰਾ, ਫਿਰ ਚੌਥਾ। ਇੱਕ ਤੋਂ ਜ਼ਿਆਦਾ ਲੜ ਬਣਾਉਣ ਦੇ ਦੋ ਤਰੀਕੇ ਨੇ, ਤੁਸੀਂ ਸਿੰਪਲ ਪੂਣੀ ਨੂੰ ਚੜਾਈ ਦੇ ਵਿੱਚ ਕਰਕੇ 1, 2, 3 ਅਤੇ 4 ਵਾਰ ਪਕੜ ਕੇ, ਅਤੇ ਉਹਨਾਂ ਜੋ ਪੇਚ ਤੁਸੀਂ ਪਕੜੇ ਨੇ ਉਹਨਾਂ ਨੂੰ ਬਰਾਬਰ ਲੈ ਕੇ 4 ਲੜ ਬਣਾ ਕੇ ਲਗਾ ਸਕਦੇ ਹੋ। ਦੂਸਰਾ ਤਰੀਕਾ ਇਹ ਹੁੰਦਾ, ਜੋ ਆਪਾਂ ਪੂਣੀ ਪੱਗ ਦੀ ਆਪਾਂ ਬਿਲਕੁਲ ਉੱਪਰ ਰੱਖਦੇ ਹਾਂ, ਪਹਿਲਾ ਲੜ ਪੂਣੀ ਦਾ ਉੱਪਰ ਚੱਕ ਕੇ ਉਸੇ ਪੂਣੀ ਦੇ ਵਿੱਚੋਂ 3 ਪੱਲੇ ਹੋਰ ਅੱਗੇ ਕੱਢ ਕੇ, ਅਤੇ ਉੱਪਰਲੇ ਪੱਲੇ ਨੂੰ ਬਰਾਬਰ ਕਰਕੇ, 4 ਪੱਲੇ ਬਰਾਬਰ ਕਰਕੇ 4 ਪੇਚ ਬਣਾ ਸਕਦੇ ਹਾਂ। ਡਿਪੈਂਡ ਕਰਦਾ ਬੰਨਣ ਦੇ ਸਟਾਈਲ 'ਤੇ। ਜਦੋਂ ਤੁਸੀਂ 4 ਲੜ ਕੱਢ ਲੈਣੇ ਆ, ਉਸ ਤੋਂ ਬਾਅਦ ਜੋ ਆਵਾਜ਼ ਆਪਾਂ ਸਿਲਾਈ ਕਹਿੰਦੇ ਹਾਂ ਉਹਦੀ ਮਦਦ ਦੇ ਨਾਲ ਨਾਲ ਦੀ ਨਾਲ ਆਵਾਜ਼ ਫੇਰ ਕੇ ਉਹਨਾਂ ਦੀ ਜੋ ਮੋਟਾਈ ਆ ਅਤੇ ਉਹਨਾਂ ਦੀ ਸਫਾਈ ਉਹ ਨਾਲ ਦੀ ਨਾਲ ਆਪਾਂ ਕਰ ਲੈਣੀ ਆ।
ਅਤੇ ਜਿਹਨੇ ਵੀਰ ਵੀਡੀਓ ਦੇਖ ਰਹੇ ਨੇ ਜੀ ਅਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ ਜੀ ਵਟਸਐਪ ਗਰੁੱਪਾਂ ਦੇ ਵਿੱਚ, ਤਾਂ ਜੋ ਜਿਨ੍ਹਾਂ ਵੀਰਾਂ ਨੂੰ ਦਸਤਾਰ ਨਹੀਂ ਸਜਾਉਣੀ ਆਉਂਦੀ ਜਾਂ ਇਹ ਸਟਾਈਲ ਬਾਰੇ ਜਾਂ ਕੋਈ ਵੀ ਸਟਾਈਲ ਉਹ ਸਿੱਖਣਾ ਚਾਹੁੰਦੇ ਆ ਤਾਂ ਈਜ਼ਿਲੀ ਆਪਣੇ ਘਰ ਬੈਠ ਕੇ ਜਾਂ ਆਪਣੀ ਪੱਗ ਵਿੱਚ ਇੰਪਰੂਵਮੈਂਟ ਨਹੀਂ ਹੁੰਦੀ, ਆਪਣੀ ਪੱਗ 'ਚ ਇੰਪਰੂਵਮੈਂਟ ਕਰ ਸਕਦੇ ਆ। ਵੀ ਸ਼ੇਅਰ ਜ਼ਰੂਰ ਕਰ ਦਿਆ ਕਰੋ, ਨਾਲ ਦੀ ਨਾਲ ਜਦੋਂ ਬਾਜ ਫੇਰਨਾ ਇਹਦੇ ਨਾਲ ਆਪਾਂ ਨੂੰ ਦੋ ਫਾਇਦੇ ਹੋਣਗੇ ਜੀ, ਜੋ ਆਪਣੀ ਪੱਗ ਆ ਉਹਦੀ ਸ਼ੇਪ ਵਧੀਆ ਆਵੇਗੀ, ਪੇਚਾਂ ਦੀ ਉਹ ਮੋਟਾਈ ਬਿਲਕੁਲ ਇੱਕੋ ਜੀ ਅਤੇ ਸਫਾਈ ਬਹੁਤ ਚੰਗੇ ਤਰੀਕੇ ਨਾਲ ਹੋ ਜਾਵੇਗੀ। ਉਸ ਤੋਂ ਬਾਅਦ ਅਗਲਾ ਲੜ ਫਿਰ ਉਸੇ ਤਰੀਕੇ ਦੇ ਨਾਲ ਉੱਪਰ ਲੈ ਜਾਣਾ ਹੈ ਅਤੇ ਪੂਣੀ ਨੂੰ ਚੜਾਈ ਦੇ ਵਿੱਚ ਪਕੜ ਲੈਣਾ ਹੈ। ਅਤੇ ਇਹਦੇ ਤੋਂ ਪਹਿਲਾਂ ਜੋ ਵੀਡੀਓ ਅਪਲੋਡ ਕੀਤੀ ਗਈ ਸੀ ਪੇਚਾਂ 'ਚ ਪੇਚਾਂ ਵਾਲੀ, ਉਹ ਸਿੰਪਲ ਉਹਦੇ ਵਿੱਚ ਪੱਗ ਪਹਿਲਾਂ ਬੰਨ੍ਹੀ ਹੋਈ ਸੀ, ਸਿੰਪਲ ਪੇਚਾਂ ਦੇ ਵਿੱਚ ਪੇਜ ਗੱਡਾ ਕੱਢਣੇ ਆ ਉਹ ਬਨ ਡਿਜ਼ਾਈਨ ਕਰਕੇ ਦੱਸਿਆ ਸੀ। ਅਤੇ ਜਿਨ੍ਹਾਂ ਵੀਰਾਂ ਨੂੰ ਇੱਕ ਤੋਂ ਜੋ ਚਾਰ ਲੜ ਨਹੀਂ ਬਣਾਉਣੇ ਆਉਂਦੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀ, ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੋ ਫਾਇਦੇ ਹੋਣਗੇ ਜੀ ਦੇਖਣ ਨਾਲ। ਇੱਕ ਤਾਂ ਇਹ ਆ ਅਤੇ ਜਿਨ੍ਹਾਂ ਨੂੰ ਪੇਚਾਂ 'ਚ ਪੇਚ ਨਹੀਂ ਪਤਾ ਸੀ ਉਹਨਾਂ ਨੂੰ ਉਹ ਪਤਾ ਲੱਗ ਜੂਗਾ, ਅਤੇ ਇੱਕ ਤੋਂ ਚਾਰ ਲੜ ਕਿੱਦਾਂ ਬਣਾਉਣੇ ਆ ਉਹ ਪਤਾ ਲੱਗ ਜਾਵੇਗਾ। ਜਦੋਂ ਤੁਸੀਂ ਕੋਈ ਵੀ ਪੱਗ ਬੰਨ੍ਹਦੇ ਹੋ ਜੀ ਇੱਕ ਤੋਂ ਜ਼ਿਆਦਾ ਤੁਸੀਂ ਪੇਚ ਕੱਢਣੇ ਆ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੇਚਾਂ ਦੀ ਮੋਟਾਈ ਵੀ ਬਿਲਕੁਲ ਸਹੀ ਆਵੇ ਅਤੇ ਤੁਹਾਡੀ ਪੱਗ ਦੀ ਸ਼ੇਪ ਵੀ ਐਨ ਵਧੀਆ ਆਵੇ, ਉਹਦੇ ਲਈ ਤੁਸੀਂ ਰੂਬੀਆ ਕੱਪੜਾ ਵਰਤੋਂ ਉਹ ਜ਼ਿਆਦਾ ਵਧੀਆ, ਕਿਉਂਕਿ ਕੱਪੜਾ ਹੈਵੀ ਹੁੰਦਾ ਅਤੇ ਇਹਦੇ ਜੋ ਪੇਜ ਨੇ ਈਜ਼ੀਲੀ ਮੋਟੇ ਹੋ ਜਾਂਦੇ ਆ ਕੱਪੜਾ ਮੋਟਾ ਹੋਣ ਕਰਕੇ, ਅਤੇ ਪੱਗ ਦੀ ਸ਼ੇਪ ਵੀ ਨਹੀਂ ਮਰਦੀ ਕਿਉਂਕਿ ਇੱਕ ਪੂਣੀ ਦੇ ਵਿੱਚੋਂ ਚਾਰ ਪੇਜ ਜਦੋਂ ਕੱਢਦੇ ਆ ਉਹਨੂੰ ਡਿਸਟ੍ਰੀਬਿਊਟ ਕਰਦੇ ਆ ਪੂਣੀ ਬਿਲਕੁਲ ਉਹਦੀ ਤਹਿ ਛੋਟੀ ਜਿਹੀ ਰਹਿ ਜਾਂਦੀ ਆ, ਜਿਹਦੇ ਕਰਕੇ ਕਿ ਆਪਣੀ ਸ਼ੇਪ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ, ਉਹ ਆਪਣੀ ਸ਼ੇਪ ਨਾ ਦੇਵੇ। ਇਸੇ ਕਰਕੇ ਆਪਾਂ ਜੋ ਆਪਣੇ ਕੇਸਾਂ ਦਾ ਬੇਸ ਆ ਕੇਸਾਂ ਦਾ ਜੂੜਾ ਸਾਈਡ 'ਤੇ ਕੀਤਾ ਹੋਇਆ ਉਹਦੀ ਵੀਡੀਓ ਤੁਸੀਂ ਚੈਨਲ ਦੇ ਵਿੱਚ ਦੇਖ ਸਕਦੇ ਹੋ ਜੂੜੇ ਵਾਲੇ ਬੇਸ ਦੀ, ਉਹ ਤੁਹਾਨੂੰ ਬੇਸ ਦੀ ਇੱਕ ਵੀਡੀਓ ਪਾਈ ਹੋਈ ਆ, ਉਹਦੇ ਤਿੰਨ ਪਾਰਟ ਨੇ, ਉਹਦੇ ਇੱਕ ਪਾਰਟ ਦੇ ਵਿੱਚ ਤੁਹਾਨੂੰ ਵੀਡੀਓ ਮਿਲ ਜਾਵੇਗੀ। ਇਸ ਤਰ੍ਹਾਂ ਕਿ ਚਾਰ ਪੇਜ ਕੱਢ ਕੇ ਉਸ ਤੋਂ ਬਾਅਦ ਉਹਨਾਂ ਨੂੰ ਬਾਜ ਦੇ ਨਾਲ ਸਾਫ਼ ਕਰਨਾ ਹੈ, ਮਟਾਈ ਉਹਨਾਂ ਦੀ ਇੱਕੋ ਜਿਹੀ ਕਰਕੇ ਫਿਰ ਇਕੱਲੇ ਇਕੱਲੇ ਪੇਜ ਨੂੰ ਬਿਲਕੁਲ ਥੱਲੇ ਲਿਆ ਕੇ ਜਿੱਥੇ ਬਾਕੀ ਪੇਚਾਂ ਦੀ ਜਗ੍ਹਾ ਜਿੰਨਾ ਜਿੰਨਾ ਡਿਸਟੈਂਸ ਛੱਡਿਆ ਹੈ ਆਪਾਂ ਉਨੀ ਜਗ੍ਹਾ 'ਤੇ ਉਹਨੂੰ ਲਿਆ ਕੇ ਲਗਾਉਣਾ ਹੈ। ਨਾਲ ਦੀ ਨਾਲ ਬਾਜ ਫੇਰ ਕੇ ਪੇਚਾਂ ਨੂੰ ਮੋਟੇ ਕਰ ਦੇਣਾ ਹੈ, ਉਸ ਤੋਂ ਬਾਅਦ ਥੱਲੇ ਉਹਨਾਂ ਨੂੰ ਇੱਕੋ ਜਿਹੇ ਫਾਸਲੇ ਦੇ ਨਾਲ ਲਗਾ ਦੇਣਾ ਹੈ।
ਬਾਕੀ ਜੋ ਵੀਰ ਨਿਊ ਨੇ ਜੋ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਜਾਂ ਉਹਨਾਂ ਨੂੰ ਇਸ ਸਟਾਈਲ ਬਾਰੇ ਨਹੀਂ ਪਤਾ ਜਾਂ ਫਿਰ ਉਹਨਾਂ ਨੂੰ ਦਸਤਾਰ ਜੋ ਨਹੀਂ ਬੰਨਣੀ ਆਉਂਦੀ ਜੀ, ਉਹਨਾਂ ਨੂੰ ਇਹ ਬੇਨਤੀ ਹੈ ਜੀ, ਵੀਡੀਓ ਦੇ ਦੋ ਥੱਲੇ ਚੈਨਲ ਦਾ ਨੇਮ ਆ ਰਿਹਾ ਜੀ ਟਰਬਨ ਕਿੰਗ ਜਸਕਰਨੀ ਸਿੰਘ, ਉਹਨੂੰ ਓਪਨ ਕਰਕੇ ਵੀਡੀਓ ਹੋਲਡਰ ਖੋਲ੍ਹ ਕੇ ਸ਼ੋ ਆਲ ਕਰਕੇ ਸਾਰੀਆਂ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ। ਜਿਹੜੇ ਸਟਾਈਲ ਦੀ ਆਪਣੇ ਮਨ ਪਸੰਦ ਦੀ ਕੋਈ ਵੀ ਵੀਡੀਓ ਤੁਸੀਂ ਜਿਹਦੇ ਪ੍ਰਤੀ ਤੁਹਾਡੇ ਪੱਗ ਤੁਸੀਂ ਬਿਲਕੁਲ ਜਾਂ ਬੰਨਣੀ ਨਹੀਂ ਆਉਂਦੀ ਜਾਂ ਪੱਗ ਦੇ ਵਿੱਚ ਤੁਹਾਡੀ ਇੰਪਰੂਵਮੈਂਟ ਕਰਨ ਦੀ ਲੋੜ ਹੈ, ਕੋਈ ਵੀ ਟਿਪਸ ਸਿੱਖਣਾ ਤੁਸੀਂ ਵੀਡੀਓ ਓਪਨ ਕਰਕੇ ਤੁਸੀਂ ਦੇਖ ਸਕਦੇ ਹੋ। ਬਾਕੀ ਜਿਹਨੇ ਵੀਰ ਵੀਡੀਓ ਦੇਖਦੇ ਹੁੰਦੇ ਆ ਜੀ ਉਹਨਾਂ ਨੂੰ ਬੇਨਤੀ ਹੈ ਜੀ, ਕੋਈ ਵੀ ਤੁਸੀਂ ਵੀਡੀਓ ਦੇਖਦੇ ਹੋ ਉਸ ਤੋਂ ਬਾਅਦ ਉਹਨੂੰ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਦਿਨ ਦੇ ਵਿੱਚ ਇੱਕ ਜਾਂ ਦੋ ਵਾਰ ਬੰਨ ਕੇ ਜ਼ਰੂਰ ਦੇਖਿਆ ਕਰੋ, ਕਿਉਂਕਿ ਕੋਈ ਵੀ ਸਟਾਈਲ ਹੈ ਜੀ ਦੇਖਣ ਨਾਲ ਕਦੇ ਕੁਝ ਨਹੀਂ ਆਉਣਾ, ਤੁਹਾਡੇ ਦਿਮਾਗ ਦੇ ਵਿੱਚ ਗੱਲ ਆ ਜਾਵੇ ਕਿ ਹਾਂ ਵੀ ਇੱਥੋਂ ਇਹ ਲੜ ਇੱਦਾਂ ਲਾਉਣਾ। ਜਿੰਨਾ ਟਾਈਮ ਤੁਸੀਂ ਪੱਗ ਬੰਨ ਕੇ ਨਹੀਂ ਦੇਖਦੇ ਤੁਹਾਨੂੰ ਉਹ ਚੀਜ਼ ਦਾ ਨਹੀਂ ਪਤਾ ਲੱਗਣਾ। ਸਭ ਤੋਂ ਪਹਿਲਾਂ ਆਪਦੀ ਜੋ ਤੁਸੀਂ ਵੀਡੀਓ ਦੇਖਦੇ ਕਿਸੇ ਵੀ ਸਟਾਈਲ ਦੀ ਉਹਦੀ ਤੁਸੀਂ ਘਰ ਆਪਣੇ ਘਰ ਜਦੋਂ ਵੀ ਤੁਹਾਨੂੰ ਫ੍ਰੀ ਟਾਈਮ ਮਿਲਦਾ, ਜੇ ਤੁਸੀਂ ਪੜ੍ਹਦੇ ਹੋ ਸਕੂਲ ਜਾਂਦੇ ਹੋ ਤਾਂ ਕੋਸ਼ਿਸ਼ ਕਰੋ ਪੱਗ ਬੰਨ੍ਹ ਕੇ ਜਾਓ। ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰੀ ਜਾਓਗੇ ਰੋਜ਼ ਦੀ ਰੋਜ਼ ਤੁਹਾਡਾ ਹੱਥ ਆ ਜੋ ਆਟੋਮੈਟਿਕਲੀ ਪੱਗ ਦੇ ਟਿਕ ਜਾਣਾ। ਅਤੇ ਵੀਡੀਓ ਦੇਖ ਕੇ ਜਿੱਥੋਂ ਕਿਤੇ ਤੁਹਾਨੂੰ ਪੱਗ ਦੇ ਵਿੱਚ ਪ੍ਰੋਬਲਮ ਆਉਂਦੀ ਆ ਉਹ ਟਿਪਸ ਤੁਸੀਂ ਉੱਥੇ ਵਰਤ ਕੇ ਆਪਦੀ ਇੰਪਰੂਵਮੈਂਟ ਕਰ ਲੈਣੀ ਆ। ਅਤੇ ਜੋ ਵੀਰ ਵਟਸਐਪ ਦੇ ਉੱਤੇ ਜਾਂ ਨੰਬਰ ਦਿੱਤਾ ਹੁੰਦਾ ਮੈਸੇਜ ਕਰਦੇ ਆ ਅਤੇ ਉਹਨਾਂ ਨੂੰ ਦੱਸਦੀ ਹੈ ਵੀਰੇ ਕੋਈ ਕਿੰਨਾ ਵੀਆਂ ਦੇ ਸਵਾਲ ਹੁੰਦੇ ਨੇ ਪੱਗ ਦੇ ਪ੍ਰਤੀ, ਇੰਨੇ ਮੀਟਰ ਲੈਂਦੀ ਆ, ਇੱਦਾਂ ਲੜ ਨਹੀਂ ਆਉਂਦਾ ਹੈ। ਸਭ ਤੋਂ ਪਹਿਲਾਂ ਤੁਸੀਂ ਪੱਗ ਨੂੰ ਬੰਨ੍ਹ ਕੇ ਦੇਖੋ ਅਤੇ ਵੀਡੀਓ ਦੇਖ ਕੇ ਪੱਗ ਦੇ ਵਿੱਚ ਤੁਸੀਂ ਜੋ ਵੀ ਤੁਸੀਂ ਚਾਹੁੰਦੇ ਹੋ ਵੀ ਇੱਥੋਂ ਹੈ ਪ੍ਰੋਬਲਮ, ਸਭ ਤੋਂ ਪਹਿਲਾਂ ਟਰਾਈ ਕਰਕੇ ਦੇਖੋ, ਉਸ ਤੋਂ ਬਾਅਦ ਜਦੋਂ ਟਰਾਈ ਕਰਦੇ ਹੋ ਉਸ ਤੋਂ ਬਾਅਦ ਫਿਰ ਸਾਨੂੰ ਫੋਟੋ ਤੁਸੀਂ ਆਪਣੀ ਸੈਂਡ ਕਰ ਸਕਦੇ ਹੋ, ਦੱਸ ਸਕਦੇ ਹੋ ਵੀ ਇੱਥੋਂ ਆਹ ਪ੍ਰੋਬਲਮ ਸੀ ਇੱਦਾਂ, ਉਹਦਾ ਉਸ ਹਿਸਾਬ ਨਾਲ ਹੱਲ ਨਿਕਲ ਜਾਊਗਾ। ਕਈ ਵੀਰ ਨੇ ਨਿਊ ਪੱਗ ਲੈ ਕੇ ਆਉਂਦੇ ਆ ਡਾਇਰੈਕਟਲੀ ਫੋਨ ਕਰਕੇ ਪੁੱਛਦੇ ਆ ਜੀ ਆਹ ਪੱਗ 1 ਮੀਟਰ ਲੈਂਦੀ ਆ ਉਹਦੇ ਲੜ ਆਉਣਗੇ ਜਾਂ ਨਹੀਂ, ਕਿਉਂਕਿ ਵੀਰੇ ਹਰ ਇੱਕ ਦਾ ਬੰਨਣ ਦਾ ਅਲੱਗ ਅਲੱਗ ਹੁੰਦਾ, ਕੋਈ ਟਾਈਟ ਬਣਦਾ, ਕੋਈ ਢਿੱਲੀ ਬਣਦਾ, ਕੋਈ ਥੱਲੇ ਛੋਟਾ ਬੇਸ ਬਣਦਾ, ਕੋਈ ਵੱਡਾ ਬਣਦਾ, ਕੋਈ ਫੁੱਲ ਵੈਲ ਬਣਦਾ, ਕੋਈ ਰੂਬੀਆ ਬਣਦਾ, ਕੋਈ ਮੋਰਨੀ ਬਣਦਾ, ਕੋਈ ਪਟਿਆਲਾ, ਸਭ ਦੇ ਆਪਣੇ ਆਪਣੇ ਹਿਸਾਬ ਦੇ ਲੈਂਥ ਦੇ ਹਿਸਾਬ ਨਾਲ ਪੱਗ ਦੇ ਲੜ ਆਉਂਦੇ ਆ। ਜਿੰਨਾ ਟਾਈਮ ਤੁਸੀਂ ਬੰਨ੍ਹ ਕੇ ਨਹੀਂ ਦੇਖੋਗੇ ਉਨਾ ਟਾਈਮ ਤੁਹਾਨੂੰ ਆਪ ਨਹੀਂ ਪਤਾ ਲੱਗਣਾ, ਨਾ ਹੀ ਕੋਈ ਦੂਜਾ ਤੁਹਾਨੂੰ ਦੱਸ ਸਕਦਾ ਸਿੱਧਾ ਵੀ ਤੁਹਾਡੀ ਤੁਹਾਡੇ ਜੋ ਚਾਰ ਲੜ ਬਣਾ ਕੇ ਇਹ ਵੀਡੀਓ ਪਾਈ ਹੋਈ ਹੈ ਜੀ, ਅਤੇ ਜਿਨ੍ਹਾਂ ਵੀਰਾਂ ਨੇ ਮੋਰਨੀ ਪੱਗ ਬੰਨ੍ਹੇ ਆ ਅਤੇ ਉਹ ਮੋਰਨੀ ਪੱਗ ਜੇ 1 ਤੋਂ ਜਾਂ 2 ਜਾਂ 3 ਜਾਂ 4 ਲੜ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਦੱਸਦਾ ਜੀ ਮੋਰਨੀ ਦਸਤਾਰ ਦੇ ਵਿੱਚ 1 ਤੋਂ ਜਦੋਂ 4 ਲੜ ਬਣਾਉਣੇ ਆ ਉਹਦੀ ਜੋ ਵੀਡੀਓ ਹੈ ਜੀ ਉਹ ਪਹਿਲਾਂ ਹੀ ਚੈਨਲ ਦੇ ਉੱਤੇ ਅਪਲੋਡ ਕੀਤੀ ਹੋਈ ਆ। ਚੈਨਲ ਦੇ ਵਿੱਚ ਵੀਡੀਓ ਹੋਲਡਰ ਤੁਸੀਂ ਖੋਲ੍ਹ ਕੇ ਜੋ ਮੋਰਨੀ ਦਸਤਾਰ 1 ਤੋਂ 4 ਲੜ ਕਿੱਦਾਂ ਬਣਾਉਣੇ ਉਹ ਤੁਸੀਂ ਦੇਖ ਸਕਦੇ ਹੋ। ਜਿਸ ਤਰ੍ਹਾਂ ਕਿ 1 ਤੋਂ 4 ਲੜ ਬਣਾਉਣੇ ਆ ਇਹ ਤਰੀਕੇ ਨਾਲ, ਜੇ ਤੁਸੀਂ ਘੱਟ ਕਰਨਾ 1 ਦੇ 3 ਲੜ, 5 ਜਾਂ 6 ਜਿੰਨੇ ਵੀ ਤੁਹਾਡੇ ਉਹ ਆਪਦੀ ਮਿਹਨਤ ਦੇ ਹਿਸਾਬ ਨਾਲ ਤੁਸੀਂ ਟਰਾਈ ਕਰਕੇ
ਪੱਗ ਨੂੰ ਸਮਾਂ ਜ਼ਿਆਦਾ ਲੱਗੇਗਾ, ਉਨੀ ਜ਼ਿਆਦਾ ਮਿਹਨਤ ਲੱਗੇਗੀ ਜਦੋਂ ਵੀ ਤੁਸੀਂ ਪੱਗ ਬੰਨਦੇ ਹੋ। ਜੇਕਰ ਬੰਨਦੇ ਬੰਨਦੇ ਨਹੀਂ ਕੱਟੋਗੇ ਮਨ ਅੱਕ ਜਾਂਦਾ, ਬੇਨਤੀ ਹੈ ਜੀ ਫੋਲੋ ਕਰਕੇ ਦੇਖ ਲਿਓ, ਪੱਗ ਨੂੰ ਛੱਡ ਲਿਆ ਕਰੋ। ਜਦੋਂ ਆਪਾਂ ਵਾਰ ਵਾਰ ਬੰਨੀ ਜਾਂਦੇ ਹਾਂ ਮਨ ਆਪਣਾ ਅੱਕ ਜਾਂਦਾ, ਪੱਗ ਨਹੀਂ ਸੈੱਟ ਆਉਂਦੀ ਉਹਦੇ ਨਾਲ ਕੀ ਹੋਇਆ ਆਪਣਾ ਹੱਥ ਹੋਰ ਗੰਦੇ ਹੋ ਗਿਆ। ਜਦੋਂ ਪੱਗ ਨਹੀਂ ਸੈੱਟ ਆਉਂਦੀ 10 ਮਿੰਟ ਰੱਖ ਕੇ ਰਿਲੈਕਸ ਹੋ ਕੇ ਦੁਬਾਰਾ ਟਰਾਈ ਕਰ ਲਓਗੇ ਤੁਸੀਂ ਪੱਗ ਸਹੀ। ਬਾਕੀ ਜੋ ਹੋਰ ਵੀ ਸਟਾਈਲ ਦੀ ਜੋ ਵੀਡੀਓ ਰਹਿ ਗਈ ਹੈ ਜੀ, ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਅਪਲੋਡ ਕੀਤੀ ਜਾਵੇ ਅਤੇ ਕਿਸੇ ਦੂਸਰੇ ਦੇ ਸਿਰ 'ਤੇ ਜਿੱਦਾਂ ਉਹ ਵੀਡੀਓ ਪਹਿਲਾਂ ਹੀ ਚੈਨਲ 'ਤੇ ਅਪਲੋਡ ਕੀਤੀ ਗਈ ਹੈ, ਸਭ ਤੋਂ ਪਹਿਲਾਂ ਆਪਣੇ ਚੈਨਲ 'ਤੇ ਉਹ ਵੀਡੀਓ ਪਾਈ ਗਈ ਆ, ਬਿਲਕੁਲ ਸੌਖੇ ਤਰੀਕੇ ਨਾਲ ਸਮਝਾਇਆ ਗਿਆ ਹੈ। ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਕਈ ਵੀਰਾਂ ਦੇ ਸਵਾਲ ਨੇ ਸਾਈਡ 'ਤੇ ਜੂੜਾ ਕਿਉਂ ਕਰਨਾ, ਇਹਦੀ ਲੋੜ ਕਿਉਂ ਪੈਂਦੀ ਆ। ਹੁਣ ਇੱਕ ਪੂਣੀ ਦੇ ਵਿੱਚ ਚਾਰ ਲੜ ਜਦੋਂ ਕੱਢਦੇ ਹਾਂ ਪੂਣੀ ਦਾ ਸਾਈਜ਼ ਬਿਲਕੁਲ ਛੋਟਾ ਰਹਿ ਜਾਂਦਾ, ਅਤੇ ਸਾਈਡ ਤੋਂ ਜੋ ਜੇ ਇੱਥੇ ਹੁਣ ਜੂੜਾ ਨਾ ਹੁੰਦਾ ਜੋ ਇਹ ਪੱਗ ਦੇ ਵਿੱਚ ਸ਼ੇਪ 'ਚ ਗਲਾਈ ਆਈ ਆ ਇਹ ਨਹੀਂ ਸੀ ਹੋਣੀ, ਇਹ ਵਾਲਾ ਪੇਚਾਂ ਵਾਲਾ ਪਾਸਾ ਬਿਲਕੁਲ ਸਿਰ ਦੇ ਨਾਲ ਲੱਗ ਜਾਣਾ ਸੀਗਾ। ਤਾਂ ਕਰਕੇ ਪ੍ਰੋਪਰ ਸ਼ੇਪ ਦੇਣ ਲਈ ਸਾਈਡ 'ਤੇ ਜੂੜਾ ਤੁਸੀਂ ਕਰ ਸਕਦੇ ਹੋ। ਜੇਕਰ ਸਾਈਡ 'ਤੇ ਜਿਨ੍ਹਾਂ ਦੇ ਕੇਸ ਨਹੀਂ ਭਾਰੇ ਜਾਂ ਲੰਬੇ ਨਹੀਂ ਹੈਗੇ ਜਾਂ ਜੂੜਾ ਹੁੰਦਾ ਨਹੀਂ ਬਣਦਾ ਜਿੰਨਾ ਬੇਸ ਆਪਾਂ ਨੂੰ ਚਾਹੀਦਾ, ਤਾਂ ਉਹ ਸਿੰਪਲ ਬੇਸ ਬੰਨ ਕੇ ਸਾਈਡ 'ਤੇ ਕੱਪੜਾ ਲਗਾ ਕੇ ਜੋ ਆਪਣੀ ਦਸਤਾਰ ਉਹ ਸਜਾ ਸਕਦੇ ਹੋ। ਉਹ ਕੱਪੜਾ ਕਿੱਦਾਂ ਲਗਾਉਣਾ ਉਹਦੇ ਵੀ ਬੇਸ ਦੀ ਜੋ ਵੀਡੀਓ ਆ ਉਹ ਪਾਈ ਹੋਈ ਹੈ ਜੀ। ਨਾਲ ਦੀ ਨਾਲ ਬਾਜ ਫੇਰ ਕੇ ਪੇਚਾਂ ਦੀ ਜੋ ਸੈਟਿੰਗ ਕਰਨੀ ਹੈ ਇੱਕ ਗੱਲ ਦਾ ਇਹ ਜ਼ਰੂਰ ਧਿਆਨ ਰੱਖਣਾ, ਅਤੇ ਨਾਲ ਦੀ ਨਾਲ ਜਦੋਂ ਬਾਜ ਫੇਰ ਰਹੇ ਹੋ ਪੇਚਾਂ ਦਾ ਜੋ ਗੈਪ ਆ ਜਦੋਂ ਨਾਲ ਦੀ ਨਾਲ ਬਾਜ ਫੇਰੀ ਜਾਵਾਂਗੇ ਇੱਕੋ ਜਿਹਾ ਹੁੰਦਾ ਜਾਵੇਗਾ ਪੇਚਾਂ ਦੀ ਮੋਟਾਈ ਅਤੇ ਸਫਾਈ। ਉਸ ਤੋਂ ਬਾਅਦ ਜੋ ਆਪਣਾ ਛੇਵਾਂ ਲੜ ਹੈ ਉਹਨੂੰ ਆਪਾਂ ਸਿੰਗਲ ਲਗਾਉਣਾ ਹੈ, ਕਿਉਂਕਿ ਇੱਥੇ ਆ ਕੇ ਜੋ ਪੱਗ ਹੈ ਉਹ ਬਿਲਕੁਲ ਪੂਣੀ ਛੋਟੀ ਜਿਹੀ ਰਹਿ ਜਾਂਦੀ ਹੈ ਸਿੰਗਲ। ਇਹਦੇ ਬੰਨ ਨੂੰ 2 ਜਾਂ 3 ਲੜ ਇਹਦੇ ਬਣ ਸਕਦੇ ਆ, ਪਰ ਜਦੋਂ ਪੇਚਾਂ 'ਚ ਪੇਚ ਕੱਢਣੇ ਆ ਪੇਚ ਡੂੰਘਾਈ ਦੇ ਵਿੱਚ ਰੱਖਣੇ ਪੈਂਦੇ ਆ, ਤਾਂ ਕਰਕੇ ਇਹਦੇ ਵਿੱਚ ਥੋੜ੍ਹੀ ਜਿਹੀ ਤੁਹਾਨੂੰ ਪ੍ਰੋਬਲਮ ਆ ਸਕਦੀ, ਇਸ ਲਈ ਇਹਨੂੰ ਸਿੰਗਲ ਲਗਾਵਾਂਗੇ। ਪੂਰੀ ਸਫਾਈ ਦੇ ਨਾਲ ਇਹ ਲੜ ਆਪਾਂ ਲਗਾਉਣਾ ਹੈ। ਜਿੰਨੇ ਵੀ ਵੀਰ ਮੇਰੇ ਤੋਂ ਬਿਨਾਂ ਹੋਰ ਵੀ ਕੋਈ ਤੁਹਾਨੂੰ ਜਿਹਦੇ ਤੁਸੀਂ ਵੀਡੀਓ ਦੇਖਦੇ ਹੋ ਵੀਡੀਓ ਅਪਲੋਡ ਕਰਕੇ ਤੁਹਾਨੂੰ ਵੀਡੀਓ 'ਚ ਪੱਗ ਬੰਨਣ ਦਾ ਤਰੀਕਾ ਬੋਲ ਕੇ ਦਿਖਾ ਕੇ ਪੱਗ ਬੰਨ ਕੇ ਸਿਖਾ ਸਕਦਾ, ਅਤੇ ਇਹ ਜਿੰਨਾ ਟਾਈਮ ਤੁਹਾਨੂੰ ਜੇ ਚਾਹੋਗੇ ਵੀਡੀਓ ਦੇਖ ਕੇ ਪੱਗ ਆ ਜਾਏਗੀ ਕਦੇ ਵੀ ਜਿੰਨਾ ਟਾਈਮ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਤੁਹਾਨੂੰ ਨਹੀਂ ਆਵੇਗੀ, ਕਿਉਂਕਿ ਕੋਈ ਵੀ ਕੰਮ ਆ ਜਿੰਨੀ ਆਪਾਂ ਪ੍ਰੈਕਟਿਸ ਕਰਾਂਗੇ ਉਹਦੇ ਅਕੋਰਡਿੰਗਲੀ ਆਪਾਂ ਉਨਾ ਆਪਾਂ ਸਿੱਖ ਸਕਾਂਗੇ ਉਨਾ ਉਹਦੇ ਆਪਾਂ ਪ੍ਰੈਕਟਿਸ ਕਰ ਸਕਦੇ ਹਾਂ।
ਚੰਗੀ ਤਰ੍ਹਾਂ ਆਪਾਂ ਕਰਨੀ ਆ। ਪਿੱਚਾਂ ਦੇ ਵਿੱਚ ਜਦੋਂ ਆਵਾਜ਼ ਫੇਰਨਾ ਜੀ, ਥੋੜ੍ਹਾ ਜਿਹਾ ਹੌਲੀ ਫੇਰਨਾ। ਕਈ ਵਾਰ ਕੀ ਹੁੰਦਾ, ਕੁਝ ਪੇਚ ਜੋ ਆਪਣੇ ਢਿੱਲੇ ਹੋ ਰਹਿ ਜਾਂਦੇ ਆ, ਜਾਂ ਆਪਾਂ ਜ਼ਿਆਦਾ ਡੂੰਘਾਈ 'ਚ ਨਹੀਂ ਲਗਾਏ ਹੁੰਦੇ, ਜਦੋਂ ਥੋੜ੍ਹੀ ਕਾਹਲੀ ਦੇ ਵਿੱਚ ਆਪਾਂ ਆਵਾਜ਼ ਫੇਰਦੇ ਹਾਂ, ਉਹ ਖਰਾਬ ਹੋ ਜਾਂਦੇ ਆ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ। ਅਤੇ ਹੁਣ ਪੇਚਾਂ ਦੇ ਵਿੱਚ ਪੇਚ ਕਿੱਦਾਂ ਪਾਉਣੇ ਆ, ਸਭ ਤੋਂ ਪਹਿਲਾਂ ਇੱਕ ਜੋ ਵੀ ਪੇਚ ਆਪਾਂ ਜਿਹਦੇ ਵਿੱਚ ਆਪਾਂ ਪਾ ਰਹੇ ਹਾਂ, ਉਹਨੂੰ ਆਵਾਜ਼ ਦੇ ਨਾਲ ਹਲਕਾ ਜਿਹਾ ਅੰਦਰ ਨੂੰ ਫੋਲਡ ਕਰ ਦੇਣਾ ਹੈ। ਉਸ ਤੋਂ ਬਾਅਦ ਉਹਦੇ ਇੱਕ ਪੇਚ ਛੱਡ ਕੇ, ਉਸ ਤੋਂ ਬਾਅਦ ਅਗਲਾ ਨੈਕਸਟ ਕਰਕੇ ਇੱਕ ਪੇਚ ਅੰਦਰ ਅਤੇ ਇੱਕ ਬਾਹਰ ਕਰਦੇ ਜਾਣਾ ਹੈ। ਜਦੋਂ ਤੁਸੀਂ ਅੰਦਰ ਕਰ ਰਹੇ ਹੋ, ਉਸ ਤੋਂ ਬਾਅਦ ਉਹਦੇ ਤੋਂ ਬਾਅਦ ਜਿਹੜਾ ਉੱਪਰ ਵਾਲਾ ਪੇਜ ਉਹਦੇ ਉੱਪਰ ਆ ਜਾਏਗਾ। ਉਸ ਤੋਂ ਬਾਅਦ ਉਹਦੇ ਅਗਲੇ ਵਾਲਾ ਪੇਜ ਨੂੰ ਸਟਾਰਟ ਕਰਨਾ ਹੈ। ਜੇਕਰ ਕੋਈ ਵੀ ਪੇਜ ਹੁੰਦਾ ਸੀਰੀਅਲ ਵਾਈਜ਼, ਜਿੱਦਾਂ ਆਪਾਂ ਜਾ ਰਹੇ ਹਾਂ, ਕੋਈ ਉਸ ਵੀ ਸਟੈਪ ਮਿਸ ਹੁੰਦਾ ਹੈ ਤਾਂ ਉਹਦਾ ਤੁਸੀਂ ਜੋ ਉਹ ਪੇਚਾਂ ਦੇ ਵਿੱਚ ਪੇਜ ਆ ਉਹ ਰਜਾਉਣਾ, ਇਹ ਤੁਹਾਡਾ ਖਰਾਬ ਹੋ ਸਕਦਾ। ਇਸ ਕਰਕੇ ਥੋੜ੍ਹੇ ਧਿਆਨ ਦੇ ਨਾਲ ਸਮਝ ਕੇ ਇਹ ਕਰਨ ਦੀ ਲੋੜ ਆ। ਦੇਖਣ ਨੂੰ ਡਿਫੀਕਲਟ ਲੱਗੇ, ਪਰ ਜਦੋਂ ਆਪਾਂ ਕੋਸ਼ਿਸ਼ ਕਰਾਂਗੇ ਕੋਈ ਵੀ ਚੀਜ਼ ਆ ਕੋਸ਼ਿਸ਼ ਕਰਨਾ, ਸਭ ਕੁਝ ਹੱਲ ਹੋ ਜਾਂਦਾ। ਸਿੰਪਲ ਬਸ ਇੱਕ ਲੜ ਪਕੜ ਲੈਣਾ ਹੈ, ਉਸ ਤੋਂ ਬਾਅਦ ਉਹਨੂੰ ਉਸ ਤੋਂ ਅਗਲੇ ਨੂੰ ਉਹਦੇ ਅੰਦਰ ਇੱਕ ਬਾਹਰ ਇੱਕ ਅੰਦਰ, ਇਸ ਤਰ੍ਹਾਂ ਕਰਕੇ ਆਪਾਂ ਸਹੀ ਕਰ ਦੇਣਾ ਹੈ। ਇਹ ਵੀਡੀਓ ਦੁਬਾਰਾ ਪਾਉਣ ਦਾ ਸਾਡਾ ਮੇਨ ਮਕਸਦ ਇਹ ਸੀ, ਜਿਨ੍ਹਾਂ ਵੀਰਾਂ ਨੇ ਪਹਿਲਾਂ ਦੇਖੀ ਸੀ ਪੇਚਾਂ ਦੀ ਵੀਡੀਓ ਦੇਖੀ ਆ, ਉਹਦੇ ਵਿੱਚ ਉਹਨਾਂ ਨੂੰ ਪੇਚਾਂ ਦੀ ਪੇਚ ਕਿਸ ਤਰ੍ਹਾਂ ਕੱਢੇ ਨੇ ਉਹ ਤਰੀਕਾ ਸਮਝ ਆ ਗਿਆ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਇੱਕ ਤੋਂ ਦੋ ਚਾਰ ਲੜਨੇ ਜਾਂ ਪੰਜ ਜਾਂ ਕਿੱਦਾਂ, ਜਿੰਨੇ ਵੀ ਤੁਸੀਂ ਜ਼ਿਆਦਾ ਬਣਾਉਣੇ ਆ ਘੱਟੋ ਘੱਟ ਇੱਕ ਤੋਂ ਚਾਰ ਕਿੱਦਾਂ ਲੜ ਬਣਨੇ ਆ। ਉਹ ਅੱਜ ਤੁਹਾਨੂੰ ਇਹਦੇ ਵਿੱਚ ਤਾਂ ਤੁਹਾਡੀ ਵੀਡੀਓ ਦੇ ਵਿੱਚ ਦੱਸਿਆ ਹੈ। ਅਤੇ ਜਿੰਨਾ ਵੀ ਜੋ ਵੀ ਵੀਰ ਵੀਡੀਓ ਦੇਖ ਰਹੇ ਨੇ ਜੀ, ਜੇ ਜਿਨ੍ਹਾਂ ਨੂੰ ਇਹ ਪੇਚਾਂ ਦੇ ਪੇਚ ਦਾ ਜੋ ਤਰੀਕਾ, ਜੇ ਕਿਤੇ ਵੀ ਕੋਈ ਵੀ ਜੋ ਕਿਸੇ ਵੀ ਨਹੀਂ ਪਤਾ ਲੱਗਿਆ ਹੈਗਾ, ਅਤੇ ਜੋ ਪਹਿਲਾਂ ਵਾਲੀ ਵੀਡੀਓ ਆ ਤੁਸੀਂ ਇੱਕ ਵਾਰ ਉਹ ਦੁਬਾਰਾ ਉਹ ਚੈੱਕ ਕਰਕੇ ਦੇਖ ਸਕਦੇ ਹੋ। ਉਸ ਤੋਂ ਬਾਅਦ ਜੋ ਇੱਕ ਆਪਣੀ ਪੂਰੀ ਕਰ ਲੈਣੀ ਆ, ਉਸ ਤੋਂ ਬਾਅਦ ਨੈਕਸਟ ਦੇ ਵਿੱਚ ਉਹੀ ਦੋ ਉਂਗਲਾਂ ਰੱਖ ਕੇ ਉਸ ਤੋਂ ਬਾਅਦ ਇੱਕ ਬਾਜ਼ ਦੇ ਉੱਤੇ ਇੱਕ ਅੰਦਰ ਕਰ ਦੇਣਾ ਹੈ। ਉਸ ਤੋਂ ਬਾਅਦ ਇੱਕ ਰੱਖ ਕੇ ਉਸ ਤੋਂ ਬਾਅਦ ਫੇਰ ਅਗਲਾ ਉਹਦੇ ਵਿੱਚ ਅੰਦਰ ਕਰ ਦੇਣਾ ਹੈ।
ਬਾਕੀ ਜੇ ਜਿਹੜੇ ਵੀ ਸਟਾਈਲ ਦੀ ਵੀਡੀਓ ਜਿਹੜੀ ਤੁਸੀਂ ਡਿਮਾਂਡ ਕੀਤੀ ਆ, ਜਲਦ ਤੋਂ ਜਲਦੀ ਕੋਸ਼ਿਸ਼ ਕਰਾਂਗੇ ਜੀ ਅਪਲੋਡ ਕੀਤੀ ਜਾਵੇ। ਅਤੇ ਬਾਕੀ ਇੱਕ ਵੀਰਾਂ ਨੂੰ ਹੋਰ ਬੇਨਤੀ ਹੈ ਜੀ, ਜਿਹੜੇ ਵੀਰ ਫੋਨ ਕਾਲ 'ਤੇ ਜੋ ਨੰਬਰ ਦਿੱਤਾ ਤੁਸੀਂ ਕਾਲ ਕਰਕੇ ਟਰਬਨ ਰਿਲੇਟਡ ਕੁਝ ਵੀ ਤੁਸੀਂ ਜਾਣਕਾਰੀ ਪੁੱਛਦੇ ਹੋ, ਪਲੀਜ਼ ਪੁੱਛਣ ਦਾ ਜੋ ਟਾਈਮਿੰਗ ਆ ਉਹ ਥੋੜ੍ਹਾ ਜਿਹਾ ਦੇਖ ਕੇ ਕਰਿਆ ਕਰੋ। ਹੁਣ ਕਈ ਵਾਰ ਕੀ ਹੁੰਦਾ, ਕੋਈ ਵੀਰ ਰਾਤ ਨੂੰ ਵਿਹਲਾ ਹੁੰਦਾ ਜਾਂ ਵੀਡੀਓ ਦੇਖਦੇ ਆ, ਉਹ ਜਦੀ ਫੋਨ ਲਾ ਲੈਂਦੇ ਆ, ਰਾਤ ਨੂੰ ਵੀਰੇ ਸੌਣਾ ਵੀ ਹੁੰਦਾ ਤੁਹਾਡੇ ਵਰਗੀ ਆ ਆਪਾਂ ਵੀ, ਫਿਰ ਨਹੀਂ ਫੋਨ ਚੱਕ ਹੁੰਦਾ ਜਾਂ ਕਈ ਵਾਰ ਜਵਾਬ ਦੇਣਾ ਪੈਂਦਾ ਨੀਂਦ 'ਚ। ਉਹ ਪਲੀਜ਼ ਰਿਕੁਐਸਟ ਹੀ ਆ ਜੀ, ਮਾਰਨਿੰਗ ਦੇ ਵਿੱਚ ਕਦੇ ਵੀ ਤੁਸੀਂ ਫੋਨ ਲਾ ਸਕਦੇ ਹੋ, ਰਾਤ ਨੂੰ ਪਲੀਜ਼ ਜੇ ਲਾਉਣਾ ਵੀ ਆ 7-8 ਵੱਧ ਤੋਂ ਵੱਧ 9 ਵਜੇ ਤੱਕ ਲਗਾ ਲਿਆ ਕਰੋ। ਕਈ ਵੀਰ ਹੁੰਦੇ ਆ ਜੀ ਕਿਸੇ ਦਾ 12 ਵਜੇ ਤੱਕ ਕਾਲ ਆਉਂਦੀ ਆ, ਕਿਸੇ ਦੀ 11 ਵਜੇ, ਪਰੇਸ਼ਾਨੀ ਹੁੰਦੀ ਆ, ਪਲੀਜ਼ ਬੇਨਤੀ ਆ ਜੀ। ਜਿੰਨੇ ਵੀਰ ਆਹ ਵੀਡੀਓ ਦੇਖ ਰਹੇ ਨੇ ਜੀ ਉਹਨਾਂ ਨੂੰ ਜ਼ਰੂਰ ਸਲਾਹ ਦੇਊਂਗਾ, ਇਹ ਤੋਂ ਪਹਿਲਾਂ ਜੋ ਵੀਡੀਓ ਪੇਚਾਂ ਵਿੱਚੋਂ ਪੇਚਾਂ ਵਾਲੀ ਦੀ ਅਪਲੋਡ ਕੀਤੀ ਗਈ ਆ ਉਹਨੂੰ ਧਿਆਨ ਦੇ ਵਿੱਚ ਜ਼ਰੂਰ ਲੈ ਕੇ ਆਇਓ, ਕਿਉਂਕਿ ਇੱਕ ਸਟਾਈਲ ਦੀਆਂ ਕਈ ਵੀਡੀਓ ਨੇ ਜੋ ਦੋ ਦੋ ਵਾਰ ਕਰਕੇ ਪਾਈਆਂ ਹੋਈਆਂ ਨੇ, ਕਿਉਂਕਿ ਪਹਿਲੀ ਵਾਰ ਜਦੋਂ ਆਪਾਂ ਕੋਈ ਵੀ ਵੀਡੀਓ ਪਾਉਂਦੇ ਹਾਂ ਜੀ ਕੁਝ ਗੱਲਾਂ ਨਹੀਂ ਪਤਾ ਹੁੰਦੀਆਂ, ਅਤੇ ਜੋ ਵੀਰਾਂ ਦੇ ਤੁਹਾਡੇ ਜਿੱਦਾਂ ਤੁਸੀਂ ਦੱਸਦੇ ਹੋ ਫਿਰ ਪਤਾ ਲੱਗਦੀਆਂ ਨੇ, ਅਤੇ ਕੁਝ ਗੱਲਾਂ ਇਹਦੇ ਵਿੱਚ ਨੇ ਜੋ ਨਹੀਂ ਪਤਾ ਉਹ ਪਹਿਲਾਂ ਵਾਲੀ ਵੀਡੀਓ 'ਚ ਨੇ, ਇਸ ਕਰਕੇ ਕੀ ਆ ਜਿੰਨੀਆਂ ਵੀਡੀਓ ਨੇ ਬਹੁਤ ਧਿਆਨ ਦੇ ਨਾਲ ਦੇਖਿਆ ਕਰੋ, ਧਿਆਨ ਦੇ ਨਾਲ ਚੈੱਕ ਕਰਕੇ ਫਿਰ ਉਹ ਸਟੈਪ ਨੇ ਜੋ ਫੋਲੋ ਕਰਿਆ ਕਰੋ ਜੀ। ਘੱਟੋ ਘੱਟ ਤੁਸੀਂ ਪੇਚਾਂ 'ਚ ਪੇਚਾਂ ਵਾਲੀ ਪੱਗ ਬੰਨਣੀ ਹੈ, 1 ਤੋਂ 4 ਲੜ ਬਣਾਉਣੇ ਜ਼ਰੂਰੀ ਨੇ ਜੀ। ਉਸ ਤੋਂ ਬਾਅਦ ਵਾਰੀ ਆਉਂਦੀ ਜੀ ਆਪਣੇ ਲਾਸਟ ਲੜ ਦੀ, ਜੋ ਆਪਾਂ ਪੇਚਾਂ ਦੇ ਵਿੱਚ ਪੇਚ ਬਣਾਏ ਨੇ ਉਸ ਤੋਂ ਬਾਅਦ ਉਹਨਾਂ ਨੂੰ ਹਲਕਾ ਹਲਕਾ ਜੋ ਪੈਂਚੇ ਨਾਲ ਦੀ ਨਾਲ ਕੀਤਾ ਗਿਆ ਸੀ ਉਹਦੇ ਨਾਲ ਕੀ ਆ ਉਹਨਾਂ ਦੀ ਮੋਟਾਈ ਆ ਉਹ ਵਧੀਆ ਤਰੀਕੇ ਨਾਲ ਹੋ ਜਾਂਦੀ ਆ, ਪੈਂਚ ਹੋ ਜਾਂਦੇ ਆ, ਜ਼ਿਆਦਾ ਸੋਹਣੇ ਲੱਗਦੇ ਆ। ਲਾਸਟ ਲੜ ਜਿੱਦਾਂ ਤੁਸੀਂ ਦੇਖ ਰਹੇ ਹੋ ਜੀ ਜਿੱਥੇ ਆਪਾਂ ਮੋੜਨਾ ਹੈ ਉੱਥੇ ਆਪਾਂ ਇੱਕ ਪਿੰਨ ਲਗਾਈ ਹੋਈ ਆ, ਪਿੰਨ ਦੇ ਬਿਲਕੁਲ ਅੱਗੇ ਲਿਆ ਕੇ ਜੋ ਆਪਾਂ ਲਾਸਟ ਲੜ ਆਪਣਾ ਉਹ ਆਪਾਂ ਫੋਲਡ ਕਰ ਦੇਣਾ ਜੀ, ਮੋੜ ਦੇਣਾ। ਲੜ ਦੇ ਉੱਪਰਲੇ ਪਾਸੇ ਪੱਗ ਪੈਨ ਆਪਾਂ ਲਗਾਉਣੇ ਆ 2 ਜਾਂ 3 ਜਾਂ 4, ਜਿੰਨੇ ਲੋੜ ਮੁਤਾਬਿਕ ਤੁਸੀਂ ਪੱਗ ਪੈਨ ਲਗਾ ਸਕਦੇ ਹੋ।
ਤੋਂ ਬਾਅਦ ਆਪਾਂ ਸੈੱਟ ਰੱਖਣਾ ਹੈ, ਜੋ ਆਪਾਂ ਸਭ ਤੋਂ ਪਹਿਲਾਂ ਨਾਲ ਲਗਾਇਆ ਸੀ ਉਹਨੂੰ ਉੱਪਰ ਵੱਲ ਖਿੱਚ ਕੇ ਖੋਲ੍ਹ ਕੇ ਚੰਗੀ ਤਰ੍ਹਾਂ ਸਿਰ ਉੱਪਰ ਵਿਛਾ ਲੈਣਾ ਹੈ। ਉਸ ਤੋਂ ਬਾਅਦ ਸਾਈਡਾਂ 'ਤੇ ਉਹਨੂੰ ਕਵਰ ਕਰਨਾ ਹੈ ਬਾਜ ਦੀ ਮਦਦ ਨਾਲ, ਜੋ ਆਪਾਂ ਸਿਰ ਹੈ ਉਹ ਆਪਾਂ ਕਵਰ ਕਰ ਦੇਣਾ ਹੈ ਜੀ। ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਆਪਣਾ ਕੀਮਤੀ ਸਮਾਂ ਕੱਢ ਕੇ ਜੋ ਵੀਡੀਓ ਤੁਸੀਂ ਦੇਖਦੇ ਹੋ। ਬਾਕੀ ਰਿਕੁਐਸਟ ਆ ਜੀ, ਲਾਈਕ ਕਰ ਦਿਓ, ਕਮੈਂਟ ਕਰ ਦਿਓ, ਬਾਕੀ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਜੋ ਵੀਡੀਓ ਨੂੰ ਦੇਖ ਕੇ ਜੇ ਕੋਈ ਵੀਰ ਦਸਤਾਰ ਸਜਾਉਣ ਲੱਗ ਜੂਗਾ, ਹੌਲੀ ਹੌਲੀ ਉਹ ਕੇਸ ਰੱਖੂਗਾ, ਗੁਰੂ ਸਾਹਿਬ ਦੀ ਮਿਹਰ ਹੋਊਗੀ, ਕਿਸੇ ਦਾ ਭਲਾ ਹੋ ਜੂਗਾ। ਤਾਂ ਪਲੀਜ਼ ਇਹੋ ਜਿਹੇ ਕੰਮ ਦੇ ਵਿੱਚ ਪਿੱਛੇ ਨਾ ਰਿਹਾ ਕਰੋ।